ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਤੇ ਆਪਾਂ ਪਹੁੰਚੇ ਹਾਂ ਬਾਪੂ ਜਸਵੀਰ ਸਿੰਘ ਜੀ ਕੋਲ, ਜਿਨ੍ਹਾਂ ਦਾ ਪਿੰਡ ਪੱਖੋਵਾਲ। ਜਿਨ੍ਹਾਂ ਦੀ ਪਰਸੋਂ ਵੀਡੀਓ ਪਾਈ ਸੀਗੀ ਮੈਂ, ਅਤੇ ਸਾਡਾ ਵੀਰ ਦਾ ਇੱਕ ਫੋਨ ਆਇਆ ਸੀਗਾ ਅਤੇ ਕਹਿੰਦੇ ਵੀ ਬਾਪੂ ਜੀ ਕੋਲ ਬਹੁਤ ਪੁਰਾਣਾ ਸਾਈਕਲ ਆ ਅਤੇ ਇਹਨਾਂ ਨੂੰ ਸਾਈਕਲ ਨਵਾਂ ਲੈ ਕੇ ਦੇਣਾ। ਅਤੇ ਧੰਨਵਾਦ ਆ ਵੀਰਾਂ ਦਾ, ਪ੍ਰਦੇਸ਼ਾਂ 'ਚ ਬੈਠੇ ਵੀ ਬਹੁਤ ਚੀਜ਼ਾਂ ਸੋਚਦੇ ਆ ਬਜ਼ੁਰਗਾਂ ਬਾਰੇ। ਅਤੇ ਬਾਪੂ ਜੀ ਨਾਲ ਮੈਂ ਕਰਦਾ ਹਟਿਆ ਗੱਲ, ਅਤੇ ਬਾਪੂ ਜੀ ਕਹਿੰਦਾ ਵੀ ਲੋਹੜੀ ਤੋਂ ਬਾਅਦ ਫਿਰ ਲੈ ਦਿਓ ਸਾਈਕਲ, ਅਤੇ ਬਾਪੂ ਜੀ ਨੂੰ ਫਿਰ ਨਵਾਂ ਸਾਈਕਲ ਲੈ ਕੇ ਦੇਵਾਂਗੇ ਅਤੇ ਭਰਾਵਾਂ ਦੇ ਸਹਿਯੋਗ ਨਾਲ। ਅਤੇ ਇੱਦਾਂ ਹੀ ਜਿਹੜੇ ਪੈਲਸਾਂ ਦੇ ਵਿੱਚ ਵੀ ਵੀਰ ਭੈਣ ਭਰਾ ਆਉਂਦੇ, ਤਾਂ ਇੱਦਾਂ ਜ਼ਰੂਰ ਇਹਨਾਂ ਦੀ ਹੈਲਪ ਕਰਿਆ ਕਰੋ। ਅਤੇ ਇੱਦਾਂ ਹੀ ਜਿੱਦਾਂ ਹੁਣ ਵਿਆਹ ਸ਼ਾਦੀਆਂ 'ਤੇ ਬੱਚੇ ਆਉਂਦੇ ਆ, ਬੱਚਿਆਂ ਨਾਲ ਲੈ ਕੇ, ਤਾਂ ਇੱਦਾਂ ਜਿੱਦਾਂ ਬਾਪੂ ਜਣੇ ਖਿਡੌਣੇ ਲੈਣੇ, ਤਾਂ ਇੱਦਾਂ ਸਾਰੇ ਜਣੇ ਕੋਈ ਨਾ ਕੋਈ ਚੀਜ਼ ਲੈ ਲਿਆ ਕਰੋ। ਬੰਦੇ ਦੀ ਮਿਹਨਤ ਦਾ ਫਲ ਮਿਲਦਾ ਰਹਿੰਦਾ ਬੰਦੇ ਨੂੰ। ਅਤੇ ਧੰਨਵਾਦ ਉਹ ਵੀਰਾਂ ਦਾ ਅਤੇ ਜਿਨ੍ਹਾਂ ਨੇ ਇਹਨਾਂ ਬਾਰੇ ਸੋਚਿਆ ਵਾ। ਪਰਸੋਂ ਵੀਡੀਓ ਪਾਈ ਸੀ ਅਤੇ ਬੰਦਾ ਕਹਿੰਦਾ ਵੀ ਮੇਰੀ ਲੈ ਧਰ, ਚਲੋ ਵੀਰ ਸਾਡਾ, ਤਾਂ ਕਹਿੰਦਾ ਵੀ ਸਾਈਕਲ ਲੈ ਕੇ ਦੇਣਾ ਬਾਪੂ ਨੂੰ ਨਵਾਂ, 64 ਤਾਰਾਂ ਵਾਲਾ ਲੈ ਦਈਏ, 64 ਤਾਰਾਂ ਵਾਲਾ ਹੀ ਲੈ ਕੇ ਦੇਣੇ। ਠੀਕ ਆ, ਚੱਲ ਇਹ ਲੈ ਦੇਣਾ ਬਾਪੂ ਨੂੰ ਸਾਈਕਲ ਵੀ। ਸਹੀ ਆ ਬਾਪੂ, ਹੁਣ ਮੁੰਡਾ ਕਹਿੰਦਾ ਮੈਂ ਤੁਹਾਡੇ ਕੋਲ ਬਹੁਤ ਖਾਂਦਾ ਰਿਹਾ ਮੈਂ ਕੁਲਫਾ ਦਾ ਮਰੂੰਡਾ, ਤੇ ਕਹਿੰਦਾ ਪੁਰਾਣੇ ਦਿਨ ਚੇਤੇ ਆ ਗਏ ਬਾਪੂ ਨੂੰ ਦੇਖ ਕੇ, ਜਦੋਂ ਮੇਰੇ ਨਾਲ ਫੋਨ ਤੇ ਗੱਲਾਂ ਹੋਈਆਂ ਤਾਂ ਕਹਿੰਦਾ ਵੀ ਰਾਤ ਨੂੰ 10 ਵਜੇ ਮੈਨੂੰ ਫੋਨ ਆਇਆ ਆਪਣੇ ਇੱਧਰ ਦੇ, 10 ਵਜੇ ਤੋਂ ਉਧਰ ਰਾਤ ਦੇ 12:30 ਵਜੇ, ਤੇ ਕਹਿੰਦਾ ਭਾਈ 12:30 ਹੋ ਗਏ ਆ, ਤੇ ਤੁਸੀਂ ਮਿਲ ਕੇ ਬਾਪੂ ਜੀ ਨਾਲ ਕਰਿਓ ਗੱਲ, ਤਾਂ ਮੈਨੂੰ ਦੱਸਿਓ ਫਿਰ ਕਿੱਦਾਂ ਹੁੰਦੀ ਆ। ਤੇ ਆਪਾਂ ਤੁਸੀਂ ਇੱਦਾਂ ਕਰ ਲਿਓ, ਇੱਦਾਂ ਕਰਿਓ, ਆਹ ਸਾਈਕਲ ਤਾਂ ਚਲੋ ਆਪ ਚੱਲਦਾ ਹੀ ਚੱਲਣ ਡਿਆ, ਤੇ ਜੇ ਸਕੂਟਰੀ ਦਾ ਹੁੰਦਾ ਸਕੂਟਰੀ ਦਾ ਚਲੋਗੇ, ਹੋਰ ਪੈਸੇ ਪਾ ਲਈਏ। ਠੀਕ ਆ, ਸਕੂਟਰੀ ਨਵੀਂ ਲੈਣੀ ਕਿ ਚੱਲਦੀ ਲੈ ਲਈਏ? ਜਿੱਦਾਂ ਕੋਈ ਚੰਗੀ ਹਾਲਤ ਦੀ ਹੋਈ ਸਕੂਟਰੀ ਫਿਰ ਲੱਭੀਏ ਹੁਣ। ਚਲਾ ਲੈਂਦੇ ਤੁਸੀਂ? ਚਲਾਈਏ ਸਕੂਟਰੀ ਕਦੀ? ਪਹਿਲਾਂ ਚਲਾਉਂਦਾ ਰਿਹਾ ਚਲਦੀ ਲੈ ਦੀਏ ਫਿਰ ਤੁਹਾਨੂੰ। ਹੁਣ ਉਮਰ ਵੀ ਜ਼ਿਆਦਾ ਹੋ ਗਈ ਆ ਬਾਪੂ, ਸਾਈਕਲ ਖਿੱਚ ਖਿੱਚ ਕੇ ਹੁਣ ਕਹਿੰਦਾ ਵੀ ਚਲੋ ਸਕੂਟਰੀ ਹੋ ਜਾਵੇ, ਚੱਲ ਕੰਨ ਮਰੋੜਿਆ ਤਾਂ ਬੰਦਾ ਲੈ ਆਉਂਦਾ ਵਾ। ਮੈਂ ਇੱਥੋਂ ਦੇ ਮੈਨੂੰ ਇੱਕ ਸਰਦਾਰ ਸੀਗਾ, ਉਹ ਮੈਨੂੰ 300 ਰੁਪਏ ਦੇ ਗਿਆ, ਕਹਿੰਦਾ ਬਾਬਾ ਤੂੰ ਏਡੀ ਉਮਰੇ, ਮੈਂ ਇੱਥੋਂ ਰੱਬੀ ਨੇਰਾ ਹੋ ਗਿਆ, ਮੈਂ ਮਹਾਰਾਜ ਦਾ ਪਾਠ ਕਰਦਾ ਨਾ ਜਿਸੇ ਕੋ ਨਾ, ਜਦੋਂ ਮੈਂ ਪੁਲ 'ਤੇ ਗਿਆ ਨਾ, ਅਤੇ ਪੁਲ 'ਤੇ ਮੈਂ ਗਿਆ ਅੱਛਾ ਮਹਾਰਾਜ, ਮੈਂ ਗੁਰੂ ਨਾਨਕ ਨਿਰੰਕਾਰ ਮੈਂ ਅਵਤਾਰ ਕਿੱਥੇ, ਇਹ ਅੱਜ ਅੱਜ ਹਨੇਰਾ ਜਿਹਾ ਹੋ ਗਿਆ, ਪਾਠ ਕਰਦਾ ਕਰਦਾ ਕੁਝ ਨਹੀਂ, ਗੱਡੀਆਂ ਦੀ ਲਾਈਨ ਟੁੱਟੀ ਨਹੀਂ ਉੱਧਰੋਂ ਵੀ ਅਤੇ ਇੱਧਰੋਂ ਵੀ, ਅਤੇ ਮੈਂ ਪੁਲ ਤੋਂ ਹੌਲੀ 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 ਜਾ ਖੇੜੇ ਪਹੁੰਚਿਆ, ਉਸ ਤੋਂ ਪੀਤਾ ਪਾਣੀ ਅਤੇ ਆਪਣੀ ਬਿਹਾਰੀ ਪੁਲ ਖੇੜੇ। ਸਹੀ ਆ, ਅਤੇ ਨਹੀਂ ਹੁਣ ਕਈ ਵਾਰ ਹੋ ਜਾਂਦਾ, ਹੁਣ ਤਾਂ ਕਈ ਵਾਰ ਆਖੇ ਤੁਰ ਪੀਦਾ ਵੀਰੇ ਸਿਰ, ਅਤੇ ਮੈਨੂੰ ਕਹੀਦਾ ਹੁਣ ਦੇਣ ਹੁੰਦੇ ਹੁੰਦੇ 5 ਵਜੇ ਮੈਂ ਤੁਰ ਪੈਂਦਾ ਕਈ ਵਾਰ, ਇਹ ਤੈਨੂੰ ਆਪਾਂ ਅੰਦਰ ਨਾ ਆਪਾਂ ਨੂੰ ਖਾਣ ਪਈ ਨਾ, ਮੈਂ ਚਾਹ ਦੂਜੀ ਚਾਹ ਵੀ ਘੱਟ ਹੀ ਪੀਂਦਾ, ਇਹ ਕੋਈ ਖਾਣ ਪੀਣ ਵਾਲੀ ਪੀਂਦਾ ਨਹੀਂ, ਹਰੀ ਖੇੜੇ ਸੀ ਸੀ ਖੇੜੇ ਰਿਹਾ ਜੋ ਸੰਤਾਂ ਨਾਲ, ਉਦੋਂ ਗੱਲ ਕੁਛ ਹੋਰ ਸੀ, ਆਪਣੇ ਨਿਰਮਲ ਸਿੰਘ ਹੁੰਦਾ ਤੁਹਾਡੇ ਪਿੰਡ ਵਾਲਾ, ਹਾਂਜੀ ਹਾਂਜੀ, ਉਹ ਵੀ ਰਾਜਾ ਬੰਦਾ ਸੀ, ਉਹਦੇ ਉਹਨੇ ਕਹਿੰਦਾ ਗਿਆਨੀ ਅੰਦਰ ਹੀ ਲੱਗਾ ਸਤਸਾ ਰਹੇ ਹੋ ਤੁਸੀਂ। ਆਹ ਨਿੱਕੇ ਨਿੱਕੇ ਹੁੰਦੇ, ਹੁਣ ਤੁਸੀਂ ਪੈਰਾਂ ਦੀ ਗੱਲ ਕਰਦੇ, ਤੁਹਾਨੂੰ ਮੇਲਿਆਂ 'ਚ ਬਹੁਤ ਦੇਖਿਆ, ਜਿੰਨੇ ਪਿੰਡਾਂ 'ਚ ਮੇਲੇ ਹੁੰਦੇ ਸੀਗੇ ਜਗ੍ਹਾ ਦੇ ਉੱਤੇ, ਸਾਰੀਆਂ ਜਗ੍ਹਾ 'ਤੇ ਤੁਸੀਂ ਕੋਲ, ਫਿਰ ਆਪਣਾ ਬਿਹਾਰੀਪੁਰ ਦਾ ਮੇਲਾ, ਫਿਰ ਆਪਣਾ ਕੀ ਨਾਮ ਦੂਜੇ ਤੁਹਾਡੇ ਪਿੰਡ ਦਾ ਮੇਲਾ ਜਿਹੜਾ ਵੱਡਾ ਬੜਾ ਦੇਖਿਆ, ਇਹ ਹੈ ਵੇਖਿਆ। ਸਾਡਾ ਪਿੰਡ ਕਿਹੜਾ ਭਲਾ? ਮੇਰਾ ਆ ਪੱਖੋਵਾਲ ਪੈਂਦਾ, ਸਾਡਾ ਤੁਹਾਡਾ ਆਪਣਾ ਖੇੜਾ ਨਹੀਂ, ਖੇੜਾ ਤੂੰ ਨਹੀਂ ਆ, ਖੇੜਾ ਦਾ ਨਾਂ ਜੱਗਾ ਸਿੰਘ, ਹਾਂ ਡੈਡੀ ਮੇਰੇ ਦਾ ਨਾਂ, ਹਾਂਜੀ ਹਾਂਜੀ, ਜਾਂਦੇ ਰਹੇ ਮੈਂ ਇਕੱਠੇ ਫੇਰਾ ਲਾਉਣ ਜਾਂਦੇ ਰਹੇ, ਕੰਢੇ ਵੀ ਕੱਟਦੇ ਰਹੇ ਕਰਦੇ, ਸਹੀ ਆ, ਕੰਢਿਆਂ ਇਕੱਠੇ ਹੀ ਜਾਂਦੇ ਰਹੇ, ਫਿਰ ਆ ਕਿੱਧਰ ਇੱਧਰ ਇੱਧਰ ਨੂੰ ਦੁਨੀਆ ਦੇ ਕੰਮ ਹੋ ਗਿਆ, ਨਾਨਕ ਦੁਖੀਆ ਸਭ ਸੰਸਾਰ ਕਹਿੰਦੇ, ਬਾਣੀ ਜਿਹੜੀ ਆ ਬਾਣੀ ਵੱਡੀ ਹੋਈ, ਪਰ ਦੁਨੀਆ ਅੱਜ ਕੱਲ੍ਹ ਸਹੀ ਹੁੰਦਾ, ਕਲਯੁਗ ਜ਼ਮਾਨਾ, ਅੱਗੇ ਵੀ ਜ਼ਮਾਨਾ ਆ ਗਿਆ ਸਤਿਯੁਗ, ਅੱਗੇ ਦੁਨੀਆ ਭਰਾ ਨੂੰ ਭਰਾ ਕਹਿੰਦਾ ਸੀ, ਇਹ ਪ੍ਰੇਮ ਸੀਗਾ, ਅਤੇ ਹੁਣ ਕੋਈ ਪ੍ਰੇਮ ਪ੍ਰੇਮ ਨਹੀਂ, ਹੁਣ ਅੱਜ ਕੱਲ੍ਹ ਖਤਮ ਹੋ ਚੁੱਕਾ, ਇਹ ਕਿਸੇ ਯੁੱਗ ਨੇ ਮਾਰਿਆ ਵੀ ਨਾਮ ਨੇ ਸੈਦਾ ਕਰਨੀ, ਔਖੀ ਵੇਲੇ ਬੰਦਾ ਜਦੋਂ ਮਰਦਾ ਉਦੋਂ ਅੱਗੇ ਪਿੱਛੇ ਰੱਬ ਭੁੱਲ ਜਾਂਦਾ, ਅਤੇ ਜਦੋਂ ਉਦੋਂ ਯਾਦ ਹੁੰਦਾ ਹੈ ਮਹਾਰਾਜ ਮੇਰੀ ਜਾਨ ਕੱਢੋ, ਉਦੋਂ ਰੱਬ ਨੂੰ ਜਾਂਦਾ, ਜੇ ਸ਼ੁਰੂ ਦੇ ਭਗਤੀ ਮਹਾਰਾਜ ਦਾ ਨਾਮ ਲਵੇ
ਸਵੇਰੇ ਉੱਠ ਕੇ ਮਹਾਰਾਜ ਦਾ ਗੁਰੂਆਂ ਦਾ ਨਾਮ ਲਈਦਾ, ਸੁੱਖ ਵੇਲੇ ਸ਼ੁਕਰਾਨਾ ਉਹਦਾ, ਦੁੱਖ ਵੇਲੇ ਅਰਦਾਸ। ਦੁੱਖੇ ਸੁੱਤੇ ਹੁਣ ਫਿਰ ਸਾਰੇ ਦੇਵੀ ਦਾ ਮੈਂ ਸਾਰੇ ਸਭ ਤੋਂ ਵੱਡੇ ਨਿਰੰਕਾਰ ਅਵਤਾਰ ਹੋਏ ਆ, ਸਭ ਨਰਾਇਣ ਦੇਵਤੀਆਂ ਦੇਵਤੇ ਅਤੇ ਸਭ ਤੋਂ ਗੁਰੂ ਨਾਨਕ ਦੇਵ ਜੀ ਹੈ ਇਹ ਅਵਤਾਰ ਹੋਏ, ਗੁਰੂ ਨਾਨਕ ਦੇਵ ਜੀ ਇਹ ਨਿਰੰਕਾਰ ਹੋਏ, ਪਤਾ ਭਰਮਾਂ 'ਚ ਪੈ ਗਈ ਦੁਨੀਆ, ਅੱਲਾ ਵਹਿ ਉਹਨਾਂ ਨੇ ਭਰਮਾਂ 'ਚੋਂ ਕੱਢਿਆ ਸਭ ਨੂੰ, ਅਤੇ ਉਹ ਮਹਾਰਾਜ ਨਿਰੰਕਾਰ ਅਵਤਾਰ ਗੁਰੂ ਨਾਨਕ ਦੇਵ ਜੀ ਹੋਏ, ਦੁਨੀਆ ਉਹਨਾਂ ਹੀ ਬਣਾਈ ਸਭ ਕੁਛ, ਉਹਦੀ ਸਾਜੀ ਸਭ ਕੁਛ ਕੀਤਾ, ਨਿਰੰਗ ਅਵਤਾਰ ਆਏ ਅਤੇ ਇਹ ਦੁਨੀਆ ਭਰਮਾਂ 'ਚ ਪਈ ਫਿਰਦੀ। ਇਹ ਵੇਖੋ ਸੱਚ ਨੇ ਬੇੜੇ ਪਾਰ ਕਰ ਦੇਣੇ, ਸਹੀ ਗੱਲ ਹੈ, ਆਪਣਾ ਸੱਚ ਬੋਲਦਾ ਨਾ ਉਹਨੂੰ ਮਹਾਰਾਜ, ਬਿਲਕੁਲ ਬਿਲਕੁਲ, ਮਹਾਰਾਜ ਨੇ ਸੰਤਾਂ ਨੇ ਜਿਹੜੇ ਨਾਲ ਦਾ ਪ੍ਰਧਾਨ ਮੁੰਡਾ ਖਾਣਾ ਦਾ ਸੀ ਜਿਹੜਾ ਸਾਡੇ ਇੰਨੀ ਦੋਸਤੀ ਸੀ ਅਤੇ ਜਿਹਨੂੰ 100 ਕਿੱਲਾ ਪੇਲੀ ਦਾ ਮਾਲਕ, ਅਤੇ ਮੈਨੂੰ ਸੰਤ ਛੱਡਦੇ ਨਹੀਂ ਹੁੰਦੇ, ਮੈਂ ਮੱਝਾਂ 'ਤੇ ਵੀ ਰਿਹਾ, ਮੱਝਾਂ 'ਤੇ ਮੈਨੂੰ ਜਹਿਦਰੀ ਸੀ, ਮੈਨੂੰ ਸੰਤਾਂ ਨੇ ਆਪ ਕਹਿਣਾ ਕਹਿੰਦਾ ਜਸਵੀਰ ਸਿੰਘ ਤੂੰ ਨਾਲ ਕਪੂਰਥਲਿਆਂ, ਮੈਨੂੰ ਚੱਲਦਾ ਸੀ ਬੜਾ ਉੱਧਰ ਮੈਨੂੰ ਵੱਡੇ ਸੰਤਾਂ ਵਾਲੇ ਵੀ ਤੂੰ ਬੰਦੇ 5-7 ਨਾਲ ਰੱਖਣੇ, ਕਹਿੰਦਾ ਮੈਂ 7 ਵਜੇ ਕਰ ਛੱਡਣਾ, ਮੈਂ ਕਿਹਾ ਜਿੰਨੀ ਸੇਵਾ ਹੁੰਦੀ ਆ ਕਰ ਲਓ, ਇਹ ਕਿੱਥੇ ਲੱਭਣੀ, 250 ਮੈਂ ਮੱਝਾਂ ਦੇ ਵਿੱਚ ਆਪ ਹੀ ਗਤਾਵਾ ਕਰ, ਮੈਂ ਲੈ ਆਪਣੇ ਭੰਡਾ ਭਰ ਭਰ ਕੇ ਆਪ ਹੀ ਗਤਾਵਾ ਕਰ ਲਾ ਆਪਣਾ, ਆਪ ਜਾ ਕੇ ਚੱਲ ਜਾਣਾ ਉੱਧਰ ਕਰੂੰ ਸੇਵਾ, ਅਤੇ ਮੁੜ ਕੇ ਮੱਝਾਂ ਲੈ ਜਾਣੀਆਂ ਅਤੇ ਬੰਦੇ 3-4 ਨਾਲ ਰੱਖਣੇ, ਬੰਦੇ ਨੇ ਕਹਿੰਦੇ 10 ਬੰਦੇ ਨਾਲ, 300 ਮੱਝ ਸੀਗੀ, 400 300 ਮੱਝ ਸੀ ਉਹ ਸੰਤ ਰਾੜੇ ਵਾਲਿਆਂ ਦੀ ਸੰਤਾਂ ਦੀ, ਅਤੇ ਮੱਝ ਮੈਂ ਕਿੰਨਾ ਚਿਰ ਸੇਵਾ ਕੀਤੀ ਉੱਥੇ ਮੈਂ 2.5 ਸਾਲ ਰਿਹਾ, 2.5 ਸਾਲ ਜਦੋਂ ਵੱਡੇ ਸੰਤ ਹੋਏ ਬਾਬਾ ਜੀ, ਜਿਹਨਾਂ ਗੱਦੀ ਤਿਆਰ ਕੀਤੀ ਭਗਤੀ ਕੀਤੀ ਹੈ, ਬਾਬਾ ਈਸ਼ਰ ਸਿੰਘ ਵੱਡੇ ਅਤੇ ਛੋਟੇ ਕਿਸ਼ਨ ਸਿੰਘ, ਦੋਨੇ ਵੱਡੇ ਸੰਤ ਸੀ, ਹੁਣ ਤਾਂ ਸੰਤ ਕਈ ਬਣੇ, ਪਰ ਉਹ ਜਿਹੜੀ ਅਸਲ ਸੰਤ ਜਿਹਨਾਂ ਭਗਤੀਆਂ ਕਰਕੇ ਰੱਬ ਪਾਇਆ ਗੱਦੀਆਂ ਪਾਈਆਂ ਦੇਵ ਨੇ, ਤਾਂ ਭਾਈ ਰਣਜੀਤ ਸਿੰਘ ਢੱਡਰੀ ਵਾਲੇ ਤੁਸੀਂ ਕਹਿੰਦੇ ਹੋ ਨਾ ਗਏ ਸਾਡੇ, ਇਹਦੇ ਥੱਲੇ ਹੋਏ ਆ, ਇਹਦੇ ਉੱਥੇ ਜਿੱਦਾਂ ਮੈਂ ਸੇਵਾ ਕਰਦਾ ਸੀ ਸੇਵਾ ਕਰਦਾ ਸੀ ਉੱਥੇ, ਇਹ ਹੌਲਾ ਜਿਹਾ ਉਮਰ ਦਾ ਸੀ, ਚੜ੍ਹਦੀ ਚੜ੍ਹਦੀ ਇਹਦੀ ਮੁੰਡੀ ਚੜ੍ਹ ਗਈ, ਇਹ ਗੱਲ ਇੰਨਾ ਸੀ ਕਿ ਮੈਨੂੰ ਕਹਿੰਦੇ ਸੰਤ ਤੂੰ ਵਾਜਾ ਸਿੱਖ ਲਾ, ਅਤੇ ਮੈਂ ਸੱਤ ਭਜਨ ਸੱਤ ਭਜਨ ਕਰੀ ਜਾਣਾ, ਅਤੇ ਮੈਂ ਕਿਹਾ ਵੀ ਮੈਂ ਹੁਣ ਤੈਨੂੰ ਪਤਾ ਮੱਝਾਂ ਵੱਲ ਵੀ ਰਹਿਣਾ ਕੰਮ ਸਾਰ ਉੱਧਰ ਕਰਨਾ, ਫਿਰ ਅਣਕ ਉਹਨੇ ਕਹਿਣਾ ਵੀ ਵਾਜਾ ਸਿੱਖ ਨਾਲੇ ਪਾਠ ਕਰ ਉੱਧਰ ਆ ਗਏ, ਅਤੇ ਤੁਹਾਨੂੰ ਪਤਾ ਉੱਧਰੋਂ ਮੱਝਾਂ 4-5 ਜਿਹੜੀ ਆਉਣੀ ਆਉਣੀ ਆ, ਅਤੇ ਉੱਧਰ ਅੜ ਕੇ ਫਿਰ ਕਿੰਨਾ ਤੁਸੀਂ ਆਪ ਹੀ ਸਹਿਣੇ, ਬਿਲਕੁਲ ਬਿਲਕੁਲ, ਫਿਰ ਨਾ ਤੇ ਬੋਸ ਗੁਰਮੁਖ ਸਾਹਿਬ ਮੈਨੂੰ ਜਦੋਂ ਆਉਣਾ ਮੈਂ ਇੱਕ ਗੁਪਤ ਨਿਕਲਿਆ ਸੀ, ਅਤੇ ਮੈਨੂੰ ਵੇਖ ਲਓ ਗੱਡੀਆਂ ਨੇ ਜਾ ਕੇ ਘੇਰ ਲਿਆ ਜੀ, ਕਿਹਨੇ ਕਿਸੇ ਭੱਜਣਾ ਭੱਜਿਆ, ਸੰਤਾਂ ਦਾ ਆਰਡਰ ਕਹਿੰਦੇ ਮੈਨੂੰ ਜਾਣਾ ਪਿਆ, ਮੈਂ ਕਿਹਾ ਵੀ ਮਹਾਰਾਜ ਮੈਨੂੰ ਸਾਨੂੰ ਜਾਣਾ ਪਿਆ, ਸੰਤ ਆਪ ਉੱਤੇ ਵੱਡੇ ਨਿਰੰਕ ਆਪ ਹੀ ਬਾਬੇ ਸੀ ਰੱਬ ਹੀ ਸੀਗੇ ਬਈ ਸੰਤ ਜਿਹੜੇ ਵੱਡੇ ਈਸ਼ਰ ਸਿੰਘ ਸੀ, ਉਹਨਾਂ ਫਿਰ ਮੇਰੇ ਨਾਲ ਵਚਨ ਥੋੜ੍ਹਾ ਮੈਂ ਲੈ ਜਾਓ ਮੈਨੂੰ ਜਿੱਥੇ ਮੈਂ ਉਹਨਾਂ ਪਿੱਛੇ ਸਭ ਕੁਛ, ਸਹੀ ਹੈ ਜੀ, ਫਿਰ ਇੱਕ ਵਾਰੀ ਹੋਰ ਚਾਂਸ ਹੋਇਆ ਸੀ ਮੈਂ ਫਿਰ ਜਦੋਂ ਪੂਰੀ ਹੋਈ ਨਾ, ਅਤੇ ਮੈਂ ਕਿਹਾ ਵੀ ਉੱਥੇ ਸੰਤ ਪੈਸੇ ਇੱਦਾਂ ਦੇ ਲੈਂਦੇ ਰੁੱਗ ਭਰ ਕੇ, ਰੁੱਗ ਭਰ ਕੇ ਰੁੱਗ ਭਰ ਕੇ ਜਿਹੜਾ ਬੰਦੇ ਸੇਵਾ ਸਫਲ ਹੋਈ ਨਹੀਂ ਨਾ, ਅਤੇ ਝੋਲੀ 'ਚ ਪੈਸਾ 5,000 ਆ ਜਾਵੇ 10,000 ਆ ਜਾਵੇ ਸੰਤਾਂ ਨੂੰ ਦੇਣੇ ਵੀ ਤੇਰੀ ਸੇਵਾ ਸਫਲ ਹੋਈ, ਕਾਕਾ ਜੇ ਨਹੀਂ ਰਹਿਣਾ ਤਾਂ ਆਹ ਤਰੀਕੇ, ਅਤੇ ਮੈਂ ਪੈਸੇ ਮੈਂ ਕਿਹਾ ਮੈਂ ਮੈਨੂੰ ਸੰਤ ਕਹਿੰਦੇ ਸੰਤਾਂ ਨੂੰ ਸੱਦੋ ਵੀ ਮੈਂ ਕਿਹਾ ਮੈਂ ਜੇ ਜਾਣਾ ਮੈਂ ਗੁਪਤ ਨਿਕਲ ਆਇਆ ਸੀ ਪੈਸੇ ਗੁਪਤ, ਮੈਂ ਕਿਹਾ ਮੈਂ ਨਹੀਂ ਪੈਸਾ, ਮੈਂ ਕਿਹਾ ਜੇ ਪੈਸੇ ਲੈ ਕੇ ਮੈਂ ਸੇਵਾ ਕੀਤੀ ਤਾਂ ਫਿਰ ਉਹ ਕਾਹਦੀ ਸੇਵਾ ਹੋਈ, ਹਾਂ ਬਿਲਕੁਲ ਬਿਲਕੁਲ, ਉਹ ਫਿਰ ਬੜੀ ਚੁੜੀ ਲੰਮੀ ਚੜ੍ਹ ਮੈਂ ਉੱਥੋਂ ਜਦੋਂ ਨਿਕਲਿਆ, ਅਤੇ ਮੈਂ ਕੁਛ ਨਾ ਮੈਂ ਚਲੋ ਕੱਪੜੇ ਕੁਪੜੇ ਪਾ ਕੇ ਜਿਹੜੇ ਇੱਦਾਂ ਨਾ ਇੱਕ ਲੰਘਿਆ ਆ ਜਾਂਦਾ ਹੁੰਦਾ, ਇੱਕ ਵਾਹਣ ਜਿਹਾ ਵਗਿਆ, ਮੈਂ ਕਿਹਾ ਇੱਥੇ ਪਿਸ਼ਾਬ ਕਰ ਲਾ, ਉੱਥੇ ਕਰ ਲੱਗਾ ਤਾਂ ਕਮਾਲ ਦੀ ਗੱਲ, ਉੱਥੇ 100 ਦਾ ਨੋਟ ਪਿਆ, ਉੱਥੇ ਅੱਛਾ ਹੈਰਾਨ ਰਹਿ ਗਿਆ, ਮੈਂ ਕਿਹਾ ਉੱਥੋਂ ਆਏ ਤਾਂ ਗੱਦੀ ਉਦੋਂ ਮੇਰਾ ਚੋਲਾ ਪਾਇਆ ਸੀਗਾ, ਚੋਲਾ ਪਾਇਆ ਤਾਂ ਕਹਿੰਦੇ ਵੀ ਇਹ ਸੰਤਾਂ ਵਾਲਾ ਚੇਲੇ ਇਹ ਬਾਬੇ ਰਾੜੇ ਵਾਲੇ ਆ, ਬਾਬੇ ਰਾੜੇ ਵਾਲੇ ਮੈਨੂੰ ਉੱਥੇ ਲੈ ਕੇ ਬਹਾ ਕੇ ਰਾੜੇ, ਮੈਂ ਉੱਥੋਂ ਜਮਾਂ ਸਾਈਕਲ ਪਿੱਛੇ ਆ ਗਿਆ ਇੱਥੇ ਦੂਜੇ ਲੁਧਿਆਣੇ ਸ਼ਹਿਰ, ਲੁਧਿਆਣੇ ਸ਼ਹਿਰ ਆ ਗਿਆ, ਚਲੋ ਮੇਰੇ ਕੋਲ 100 ਰੁਪਈਆ ਸੀ, ਉਹ 100 ਰੁਪਈਆ ਉਸ ਮੈਂ ਬਹੁਤ ਟਾਈਮ ਹੁੰਦਾ ਸੀ, ਕਈ ਦਿਨ ਫਿਰ ਮੈਂ ਕਦੀ ਕਲਗੀਧਰ ਗੁਰਦੁਆਰੇ, ਕਦੀ ਆਪਣੇ ਕਲਗੀਧਰ ਮੈਨੂੰ ਬੜੇ ਮੇਰੇ ਬੰਦੇ ਵਾਗਦ ਸੀ, ਉੱਥੇ ਸੇਵਾ ਕਰ ਛੱਡਣੀ ਫਿਰ ਧਰਨੀ, ਉਹ ਜ਼ਮਾਨਾ ਹੁੰਦਾ ਸੀ ਐਕਟਰਾਂ ਉਕਟਰਾਂ ਦਾ ਜ਼ਮਾਨਾ ਹੁੰਦਾ ਸੀ, ਉਦੋਂ ਜਦੋਂ ਨਵੇਂ ਨਵੇਂ ਐਕਟਰ ਬਣੇ ਸੀ, ਅਤੇ ਉਦੋਂ ਫਿਰ ਤੁਰ ਕੇ ਟਾਈਮ ਗਾਉਣ ਉੱਥੇ ਸਾਰ ਲੈਣਾ, ਅਤੇ ਇੱਕ ਆਇਆ ਆਇਆ ਉਹ ਬੰਦਾ ਇੱਕ ਆਇਆ, ਉਹ ਕਹਿੰਦਾ ਵੀ ਜਿਹੜਾ ਤੂੰ ਇਹਨਾਂ ਨੂੰ ਪੁੱਛਿਆ ਤੂੰ ਉੱਥੇ ਮੰਜੀ ਸਾਹਿਬ ਗੁਰਦੁਆਰਾ ਆਲਮਗੀਰ ਹੈ, ਆਲਮਗੀਰ ਹੈਗਾ, ਆਲਮਗੀਰ ਮੈਂ ਗਿਆ, ਮੈਂ 3 ਸਾਲ ਰਿਹਾ ਉੱਥੇ, ਅੱਛਾ ਅੱਛਾ 3 ਸਾਲ ਉੱਥੇ ਵੀ ਰਹਿ ਚੁੱਕਾ ਆਲਮਗੀਰ ਦੀ, ਤੁਹਾਨੂੰ ਗੱਲ ਸੁਣਾਉਣ ਲੱਗਾ, ਜਦੋਂ ਮੈਂ ਆਲਮਗੀਰ ਆਇਆ ਅਤੇ ਉਹ ਜਿਹੜਾ ਪ੍ਰਧਾਨ ਸੀ ਉਹ ਜੱਟ ਸੀਗਾ, ਅਤੇ ਮੈਨੂੰ ਕਹਿੰਦਾ ਸਾਰੀ ਉਮਰਾਂ ਜਿਹੜਾ ਸੇਵਾ ਕਰਨੀ ਹੈ ਤੁਸੀਂ, ਤਾਂ ਤੁਹਾਨੂੰ ਮੈਂ ਕਿਹਾ ਮਹਾਰਾਜ ਸਾਡੇ ਜਿੰਨਾ ਸਾਡੇ ਵੱਡੇ ਆ, ਸਾਡੀਆਂ 5 ਕੁਰਬਾਨੀਆਂ ਅਸੀਂ ਮੇਰੇ ਕੌਮ 'ਚੋਂ ਹਾਂ, ਮੋਤੀ ਮਹਿਰਾ ਸੁਣਿਆ ਹੁਣ ਸਾਡੇ ਵੱਡੇ ਕਹਿ ਗਏ ਸਾਡੀਆਂ 5 ਕੁਰਬਾਨੀਆਂ ਮਹਿਰਿਆਂ ਦੀ ਸਾਡੀਆਂ, ਹੋਰ ਕਿਸੇ ਦੀ ਕੁਰਬਾਨੀ ਨਹੀਂ ਹੈਗੀ, ਨਾ ਕਿ ਜਿਹੜੇ ਸਾਡੀਆਂ ਕੁਰਬਾਨੀਆਂ, ਮੋਤੀ ਮਹਿਰੇ ਦਾ ਕਿੱਸਾ ਸੁਣ ਲਓ, ਕਿਤੇ ਵੇਖੋ ਦੁੱਧ ਪਿਆਉਂਦੇ ਰਹਿ ਅਸੀਂ ਉਹ ਕੌਮ 'ਚੋਂ, ਮੋਤੀ ਮਹਿਰਾ ਜਿਹੜਾ ਹੋਇਆ 5 ਕੁਰਬਾਨੀਆਂ ਸਾਡੀਆਂ, ਛੋਟੇ ਸਾਹਿਬਜ਼ਾਦਿਆਂ ਨੂੰ ਦੁੱਧ ਪਿਲਾਉਂਦੇ ਹੁੰਦੇ ਸੀਗੇ, ਅਸੀਂ ਉਹ ਠੰਡੇ ਬੁਰਜ ਲਿਆ ਕੇ ਦੁੱਧ ਪਿਆਇਆ ਉਹਨਾਂ ਨੇ, ਬੜੇ ਉਹਨਾਂ ਨੇ
ਉਹਨੇ ਭਗਤੀ ਕੀਤੀ ਸੀ, ਉਹ ਅਸੀਂ ਤਾਂ ਮਰ ਜਾਣਾ, ਚੱਕ ਸੁੱਟ ਜਾਣਾ ਨਾ, ਉਹਨਾਂ ਰਹਿੰਦੀ ਦੁਨੀਆਂ ਤੱਕ ਨਾਮ ਚੱਲਣ ਡਿਆ ਚੱਲਣ ਡਿਆ ਸਹੀ ਗੱਲ। ਉਹ ਬੜੀ ਲੰਮੀ ਚੌੜੀ ਘੀ ਕਿਤਾਬ ਸੀ ਚੱਲਣਾ ਵੀ, ਉਹਨੇ ਸੰਤਾਂ ਦਾ ਨਾ ਵੀ ਸੰਤੀ ਉਹਨੇ ਕਿਹਾ ਕਿੰਨੀ ਕੁ ਤਪ ਕੀਤਾ ਉਹਨਾਂ ਗੱਦੀ ਇੱਕ ਹਿਸਾਬ ਨਾਲ, ਉਹਨਾਂ ਨਹੀਂ ਪ੍ਰਭਾਵਿਤ ਕੀਤੇ, ਰੱਬ ਨਾਂ ਤਾਂ ਰੱਬ ਦਾ ਹਰ ਵਸ ਸੀ, ਦਸਵੀਂ ਪਾਤਸ਼ਾਹ ਦਾ ਹਰ ਵਸ ਹੱਥ ਸੀ ਉਹਨਾਂ ਦੇ, ਉਹਨਾਂ ਦੱਸ ਉਹਨੇ ਇੱਡੀ ਵੱਡੀ ਸੇਵਾ ਕੀਤੀ, ਸਾਹਿਬ ਜਦ ਦੁੱਧ ਪਿਆ ਆਪਣਾ ਸਭ ਕੁਝ ਵੇਚ ਦਿੱਤਾ ਪਰਿਵਾਰ ਆਪਣਾ ਜੋਗ ਗਹਿਣਾ ਕਰਕੇ ਸਭ ਕਰ ਉਹਨਾਂ ਨੇ ਰੱਖਿਆ। ਅਤੇ ਉਹਨੂੰ ਜਿਹੜਾ ਰਾਜਾ ਸੀ, ਰਾਜੇ ਨੇ ਕਿਹਾ ਇਹਨੂੰ ਮੋਤੀ ਮਹਿਰੇ ਨੂੰ ਇਹਨੂੰ ਕਰੋ ਕੋਹਲੂ 'ਚ ਪੀੜ ਦੇ। ਉਹਨੇ ਕਿਹਾ ਸਤ ਕਰਤਾਰ ਮੈਂ ਨਹੀਂ ਮੌਤ ਤੋਂ ਡਰਦਾ, ਸਤ ਕਰਤਾਰ ਦੇ ਮੈਂ ਤਾਂ ਰੋਜ਼ ਨੋਜ਼ ਨਹੀਂ ਮਰਨਾ, ਇਹ ਕਦ ਕੋਈ ਕਦੀ ਕਤਾਈ ਆਉਂਦੀ ਹੈ, ਇਹਦਾ ਵੀ ਸਾਡੀ ਰਹਿੰਦੀ ਦੁਨੀਆਂ ਤੱਕ ਨਾਮ ਚੱਲਣਾ ਉਹਦਾ। ਸੱਚੀ ਗੱਲ, ਐਡੀ ਜ਼ਬਰਦਸਤ ਸਿੰਦਰੀ ਹੋਈ ਹੈ, ਫਿਰ ਮੇਰੇ ਨਾਲ ਵੀ ਇੱਕ ਚਾਂਸ ਹੋ ਚੁੱਕਾ। ਸੰਧੂ ਚੱਠੇ ਕੀ ਲੱਗਦੀ ਸੀ? ਛਿੰਝ ਛਿੰਝ ਹੁੰਦੀ ਆ ਸੰਧੂ ਚੱਠੇ, ਆਹ 7 ਤਰੀਕ ਦੀ ਹੁੰਦੀ ਆ, ਛਿੰਝਾਂ ਦੇ 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 ਅਤੇ ਇੱਥੇ ਭਣ ਲੱਗੇ ਮੈਂ 6-6 7-7 ਡੱਬੇ ਬੱਚੇ, ਮੁੰਡੇ ਮੇਰੀ ਬੜੀ ਸੇਵਾ ਕਰਦੇ, ਇੰਨੀ ਇਸ ਭਣ ਲੱਗੇ, ਇਹਨੇ ਮੈਨੂੰ ਛੱਡਦੇ ਨਹੀਂ ਹੁੰਦੇ, ਕਹਿੰਦੇ ਜਸਵੀਰ ਨੂੰ ਨਹੀਂ ਛੱਡਣਾ ਜਿੱਥੇ ਹੋਣਾ, ਮੇਰੇ ਕੋਲ ਕੁਲਫਾ ਖਾਣਾ ਧਿਆਨ, ਮੈਨੂੰ ਮੇਰੀ ਬੜੀ ਸੇਵਾ ਕਰੋ, ਬੋਲ ਨਾਲ ਕਿੰਨੀਆਂ ਢੇਰਾਂ ਲੱਗੇ ਮੈਨੂੰ ਕਹਿੰਦਾ ਤੂੰ ਬੋਲਣਾ ਸਾਰੀਆਂ ਖਾ ਤੇਰੇ ਕਹਿੰਦੇ ਚਰਿਤਾਪ ਪਈ ਮੁੰਡੇ ਜਾਣ ਗਾਣੇ ਜਾਣੀ ਮੇਰੇ ਨਾਲ ਮੁੰਡੇ ਤੇ ਕਰਦੇ ਰਹੇ, ਇੰਨਾ ਤੇ ਮੁੰਡੇ ਮੇਰੇ ਕਰਦੇ ਅਜੇ ਆਪਾਂ ਨਹੀਂ ਭੁੱਲ ਸਕਦੇ। ਮੈਂ ਉਹਨਾਂ ਨੇ ਕਹਿੰਦੇ ਬੱਚਾ ਤੁਹਾਡੀ ਉਮਰ ਵੱਡੀ ਹੋ, ਹਾਂਜੀ ਹਾਂਜੀ ਸਾਡੇ ਇਹਦਾ ਉਮਰ ਖਾਲੀ ਆ, ਸੀਸਾ ਦੇ ਸਕਦੇ ਵੱਡੀ ਉਮਰ ਦੇ ਵਿੱਚ ਬੰਦਾ ਜਾ ਕੇ, ਅਤੇ ਅਸੀਂ ਕਹਿਣਾ ਵੀ ਮਹਾਰਾਜ ਬੱਚਿਆਂ ਦੀ ਉਮਰਾਂ ਕਰੋ ਸਭ ਦਾ ਭਲਾ, ਸਭ ਦਾ ਭਲਾ ਦੇ ਮਹਾਰਾਜ ਸਭ, ਇਹੋ ਕਹਿਣਾ ਵੀ ਵੱਡਿਆਂ ਦੀ ਉਮਰਾਂ ਹੋਣ। ਆਹ ਵੇਖੋ ਮੈਂ ਇੱਕ ਬੰਦੇ ਨੂੰ ਗੱਲ ਸੁਣਾਈ ਸੀ, ਅੱਛਾ ਮਿੱਠੇ ਦਾ ਵੀ ਕਹਿੰਦਾ ਗਿਆਨੀ ਗੱਲ ਸੁਣਾ, ਆਹ ਜਿਹੜਾ ਰੌਲਾ ਸੀ ਮੋਦੀ ਵਾਲਾ, ਮੈਂ ਇਹਨਾਂ ਨੂੰ ਪਹਿਲਾਂ 2-3 ਮਹੀਨੇ ਦੱਸਤਾ, ਉਹ ਬੰਦੇ ਹੈਰਾਨ ਰਹਿ ਗਏ, ਮੈਂ ਤੁਹਾਡੇ ਮੁੱਦੇ ਜਿੱਤਣੇ ਆ, ਜਿੱਥੇ ਮਰਜ਼ੀ ਭੱਜ ਲਏ ਨੱਠ ਲਏ, ਇਹ ਜਿਹੜੀ ਪੰਥ ਦੀ ਜਿੱਤ ਹੋਣੀ ਹੈ, ਬਾਣੀ ਦੀ ਜਿੱਤ ਹੋਣੀ ਹੈ, ਅਤੇ ਗੱਲ ਉਹ ਉੱਥੇ ਆਈ, ਮੁੱਦੇ ਜਿੱਤੇ ਫਿਰ ਆਣ ਕੇ ਮੋਦੀ ਠਿਆ ਪਛਾਣ ਨਹੀਂ, ਅਤੇ ਸਾਲ ਇਹਨਾਂ ਰੱਟਾ ਪਿਆ ਰਿਹਾ, ਅਤੇ ਫਿਰ ਵੀ ਉਹ ਬੰਦੇ ਮੈਨੂੰ 2 ਮਿਲੇ, ਉਹਨੇ ਮੈਨੂੰ 300 ਰੁਪਏ ਮੈਨੂੰ ਮਿਲਿਆ, ਮੇਰੇ ਬਾਬਾ ਵਾਲਾ ਤਰੀਕ ਸੇਵਾ ਜੀ, ਵੀ ਤੇਰੇ ਜਿਹੜੇ ਬਚਨੇ ਆ ਪੂਰੇ ਹੋ ਗਏ ਆ ਪੂਰੇ। ਮੈਂ ਕਿਹਾ ਮੈਂ ਕਿਹੜਾ ਰੱਬ ਆ, ਉਹ ਨਿਰੰਕਾਰ ਅਵਤਾਰ ਉਹਨੂੰ ਦੇ, ਮੈਂ ਤਾਂ ਪਾਣੀ ਦਾ ਉਹਦਾ ਦਰਦਾ ਕੁੱਤਾ, ਮਾਲਕ ਉਹ ਹੀ ਆ ਨਰੈਣ ਧੰਨ ਨਿਰੰਕਾਰ ਅਵਤਾਰ, ਉਹਨਾਂ ਦੀ ਦੁਨੀਆ ਸਾਜੀ, ਉਹਨੇ ਸਭ ਕੁਛ ਕੀਤਾ ਗੁਰੂ ਨਾਨਕ ਦੇਵ ਜੀ ਮਹਾਰਾਜ, ਅਸੀਂ ਤਾਂ ਕੁਛ ਵੀ ਨਹੀਂ। ਇਸ ਉਹ ਫਿਰ ਉਹ ਜਿਹੜੀ ਤੁਹਾਨੂੰ ਗੱਲ ਸੁਣਾਈ ਇਹ ਸੁਣਾਉਣ ਲੱਗਾ, ਇਸ ਰਾਊਂਡ ਇਹਦੇ 'ਚ ਰਹਾਉਣਾ, ਆਪਣੇ ਮੇਰੇ ਨਾਲ ਬਹੁਤ ਚਾਂਸ ਹੋ ਚੁੱਕੇ, ਇੱਕ ਬੇਰ ਸਾਹਿਬ ਸਾਡਾ 12 ਸਾਲ ਡੈਡੀ ਵੀ ਰਹਿ ਚੁੱਕਾ, ਇੱਥੋਂ ਦੀ ਤੁਹਾਨੂੰ ਗੱਲ ਸੁਣਾ ਦਿੰਦਾ ਇੱਧਰ ਦੀ ਗੱਲ, ਉਹਦੇ 'ਚ ਚਲੋ ਗੱਲ ਉਧਰ ਹੋ ਗਈ। ਬੇਰ ਸਾਹਿਬ ਸਾਡਾ ਡੈਡੀ 12 ਸਾਲ ਰਿਹਾ ਜੰਗਲ ਹੁੰਦੇ ਸੀ, ਅਤੇ ਮੈਂ ਜੰਮਿਆ ਪੜਿਆ ਹੀ ਉੱਥੇ, ਉਦੋਂ ਹੌਲਾ ਸੀਗਾ, ਇੱਥੇ ਇੱਕ ਵਾਰੀ ਵਈ 'ਚ ਮੈਂ ਡੁੱਬ ਗਿਆ, ਇਸ ਵਈ 'ਚ ਇਹ ਵਾਲੀ ਵਈ ਚੱਲਦੀ ਹੈ ਬੜੀ ਕਰਮ ਵਾਲੀ ਵਈ, ਜੋ ਕਾਲੀ ਵਈ ਕਹਿੰਦੇ, ਕਾਲੀ ਵਈ ਕਹਿੰਦੀ, ਚਰਨ ਛੂਹ ਵਈ ਬਾਬੇ ਨਾਨਕ ਦੀ, ਉਹ ਐਸੀ ਮਹਾਰਾਜ ਦੀ ਹੋਰ ਮਿਹਰ ਸੀਗੀ, ਹੋੜਾ ਸੀਗਾ ਉਹ, ਕਦੇ ਨਿਆਣੇ ਬੱਚੇ ਨੂੰ ਨਿਆਣੇ ਗੁੜੀਆਂ ਖੇਡ ਖੜਾਉਂਦੀਆਂ ਹੀ ਆ, ਉਹ ਖੇਡਦੇ ਕਦੇ ਬੱਚੀ ਆਈ ਡਰ ਗਈ, ਤਾਂ ਮੈਂ ਡੁੱਬ ਗਿਆ ਵਿੱਚ, ਇਸ ਵਈ ਦੇ ਵਿੱਚ ਡੁੱਬ ਗਿਆ ਜਿਸ ਵੇਲੇ, ਅਤੇ ਉਹ ਮੇਰਾ ਡੈਡੀ ਸੀ ਉਹਨੂੰ, ਉਹ ਵਿਚਾਰੀ ਜਨਾਨੀ ਸੀ ਉਹਦੇ ਚਪੇੜ ਮਾਰਤੀ ਵੀ ਮੇਰਾ ਮੁੰਡਾ ਡੁੱਬ ਗਿਆ, ਰੋ ਚੁੱਪ ਉਹ ਤਾਂ ਕਿਥੋਣੇ ਆ, ਅਤੇ ਉਹ ਜਨਵਾਈ ਤੋਂ ਜਿਹੜਾ ਹੈਗਾ ਸੀ ਚੋਭਾ, ਇਸੇ ਬੇਰ ਸਾਹਿਬ ਦੀ ਗੱਲ ਚੱਲਣ ਡੀ ਆ, ਅਤੇ ਜਦੋਂ ਉਹਨੇ ਜਾ ਕੇ ਕੱਢ ਲਿਆਂਦਾ, ਜਾਂ ਗ੍ਰੰਥੀ ਨੇ ਕਿਹਾ ਵੀ ਇਹਨੂੰ ਜਸਵੀਰ ਨੂੰ ਅਦਾ ਕਰੋ, ਐਂ ਘੜਾ ਲਿਆ ਉਹਦੇ ਘੜੇ ਵਿੱਚ, ਘੜੇ 'ਤੇ ਪਾਇਆ ਵੀ ਸਤਨਾਮ 3-4 ਚਾਂਸ ਹੋ ਚੁੱਕੇ ਆ, ਅਤੇ ਉਸ ਮਹਾਰਾਜ ਨੇ ਕਿਹਾ ਦੱਸਿਆ ਤਾਂ ਤੁਸੀਂ ਸੰਧੂ ਚੱਠੇ ਵੀ ਉਹ ਡੁੱਬ ਗਏ, ਤਾਂ ਬੂਟਾ ਫੜ ਕੇ ਨਿਕਲੇ ਬਾਹਰ, ਉਹ ਸੰਧੂ ਚੱਠੇ ਬੜੀ ਜਦੋਂ ਸਾਰਾ ਮੇਲਾ ਰਹਿ ਗਿਆ, ਕਹਿੰਦਾ ਜਸਵੀਰ ਤੇਰੇ ਨਾਲ ਪਖਵਾਲੀਆ ਇੱਦਾਂ ਹੋਈ, ਹੁਣ ਪਖਵਾਲੀਆ ਕਈ ਦਿਨ ਬੜਾ ਕਹਿੰਦੇ ਆ, ਇੱਧਰ ਦੇ ਲੋਕ ਪਖਵਾਲੀ ਬੜਾ ਕਹਿੰਦੇ ਆ, ਤੁਹਾਡਾ ਛੋਟਾ ਨਾਮ ਕੀ ਆ? ਇਹਨਾਂ ਸਿੱਧਾ ਨਾਮ ਜਸਵੀਰ ਸਿੰਘ, ਉਹਨਾਂ ਦੇ ਮੈਨੂੰ ਛੋਟਾ ਜਿਹਾ ਪਿਆਰ ਮੈਨੂੰ ਕਾਲੂ ਕਾਲੂ ਵੀ ਕਹਿੰਦੇ ਰਹੇ, ਕਾਲੂ ਕਾਲੂ ਵੀ ਕਾਲੂ ਸਾਡੀ ਮਾਤਾ, ਕੈਦਰ ਭਾਲ ਵਾਂਗੇ ਦੇ ਬੰਦੇ ਨੇ ਮੈਸੇਜ ਲਿਖਿਆ, ਉਹਦਾ ਨਾਮ ਹੈਗਾ ਸੀ ਬਾਬਾ ਬਾਟੀ, ਬਾਬਾ ਬਾਟੀ, ਬਾਬਾ ਬਾਟੀ, ਬਾਬਾ ਬਾਟੀ ਸਰ ਸੀ, ਇਹ ਬਿਹਾਰੀਪੁਰ ਦੀ ਤੁਹਾਨੂੰ ਗੱਲ ਸੁਣਾਉਂਦਾ, ਬਿਹਾਰੀਪੁਰ ਦੇ ਮੁੰਡੇ ਕਦੇ ਆਏ ਖੋਲ੍ਹਣ, ਸਾਡੇ ਕੋਲ ਨਹੀਂ ਉਹ ਜ਼ਮਾਨੇ 'ਚ ਬੱਕਰੀਆਂ, ਆਨੇ ਕਿਲੋ ਦੁੱਧ ਹੁੰਦਾ ਸੀ, ਇੱਥੇ ਜੰਗਲ ਹੁੰਦੇ ਸੀ, ਇੱਕੋ ਗੱਡੀ ਆਉਂਦੀ ਹੁੰਦੀ ਸੀ, ਇੱਥੇ ਜੰਗਲ 'ਚ ਹੁੰਦੇ ਸੀ, ਤੂੰ ਤਾਂ ਨਗਾ, ਤੂੰ ਤਾਂ ਨਿਗਾਹ ਜਾਏਗਾ, ਤੈਨੂੰ ਤਾਂ ਗੱਲ ਦਾ ਪਤਾ ਨਹੀਂ, ਇਹ ਬੜਾ ਸਰ ਗੱਲ ਗੱਲ ਦੀ 40-30-40 ਸਾਲ ਦੀ, ਸਾਡੀ ਜਿਹੜਾ 70 ਦੇ ਉੱਤੇ ਹੋ ਗਈ, 70-72 ਦੇ ਹੈਗੀ ਉਮਰ, ਇੱਥੇ ਹੋ ਗਈ ਬੜੀ ਦੁਨੀਆਂ ਦੇਖੀ ਹੈ, ਇੱਥੇ ਮੈਂ ਕਦੀ ਤੁਰਦਾ ਹੀ ਮੈਂ ਚਲੇ ਗਿਆ ਸ਼ਹਿਰ, ਅਤੇ ਸ਼ਹਿਰ ਆਪਣੇ ਇਹ ਆਪਣੇ ਜਲੰਧਰ ਤੁਰਦੇ ਚਲੇ ਗਏ, ਉੱਥੇ ਬੇਰ ਖਾਧੇ, ਬੇਰ ਖਾਧੇ ਖਾਧੇ, ਮੁੜ ਕੇ ਫੇਮਸ ਗੱਡੀ ਆ ਗੱਡੀ ਤੁਰ ਕੇ ਚਲੇ ਗਏ, ਜਲੰਧਰ ਕਈ ਬੇਰ ਖਾਂਦੇ ਖਾਂਦੇ ਚਲੇ ਗਏ, ਇਹ ਬੁੜੀ ਬੁੜਾ ਮੈਂ ਗੁੱਸੇ ਹੋ ਗਿਆ, ਉਹ ਕਹਿੰਦੇ ਵੀ ਮੈਂ ਕਿਹਾ ਵੀ ਕਹਿੰਦੇ ਵੀ ਕਾਕਾ ਤੂੰ ਇਕੱਲਾ ਬੱਕਰੀਆਂ ਚਾੜਨਾ, ਮੈਂ ਇਕੱਲਾ ਹੀ ਲੈ ਗਿਆ 300 ਬੱਕਰੀ ਦੀ ਸਾਡੀ, ਅੱਛਾ ਚੜ ਗਏ, ਉਹ ਸਾਡਾ ਚਾਚਾ ਜਿਹੜਾ ਸੀ ਉਹ ਦੂਜਾ ਸੀ, ਸ਼ਰਾਬ ਸ਼ੂਦ ਦਾ ਬੱਜਰੀ ਹੁੰਦੇ ਸੀ ਦੋਨੇ, ਇਹ ਗੱਲ ਦੀ
ਤੇ ਮੈਂ ਕਿਹਾ ਚਲੋ ਅਸੀਂ ਮੈਂ ਨਹੀਂ ਦਿੰਦਾ ਅਤੇ ਇਹਨਾਂ ਮੈਂ ਕਿਹਾ ਤੂੰ ਮੈਂ ਇਕੱਲਾ ਹੀ ਚਾਰ ਕੇ ਅਤੇ ਮੈਂ ਮਰਿਆ ਪਤਾ ਨਹੀਂ ਕੀ ਗੱਲ ਮੈਂ ਚਾਚੇ ਸਾਡੇ ਨੇ ਕਿਹਾ ਮੈਂ ਗੁੱਸੇ ਮਰੇ ਨਾ ਆਣ ਕੇ ਮੈਂ ਕਿਹਾ ਮੈਂ ਚੱਲਣਾ ਕਿਸੇ ਬੰਨੇ ਉੱਥੋਂ ਮੈਂ ਜੋ ਤੁਰਿਆ ਹੀ ਆ ਬੇਰ ਖਾਂਦਾ ਖਾਂਦਾ ਫਿਰ ਐਸੀ ਮੂਡ ਮੇਰੀ ਆਈ ਮੈਂ ਉਦੋਂ ਆ ਗਈ ਥੋੜ੍ਹਾ ਜਿਹਾ ਘਰ ਰਿਹਾ ਦੋ ਚਾਰ ਦਿਨ ਮੁੜ ਕੇ ਐਸੀ ਮੂਡ ਮੈਂ ਜਾ ਕੇ ਜਿੱਦੀ ਸਿਰ ਰਾੜੇ ਸਾਹਿਬ 'ਚ ਲੈ ਗਿਆ ਅਤੇ ਰਾੜੇ ਸਾਹਿਬ ਸੰਤਾਂ ਨਾਲ ਰਲ ਗਿਆ ਜਾ ਸੰਤਾਂ ਨੇ ਮੈਨੂੰ ਸੇਵਾ ਦੇ ਦਿੱਤੀ ਅਤੇ ਉਹ ਮੇਰੀ ਸੇਵਾ ਹੁੰਦੀ ਰਹੀ ਜਿੰਨਾ ਚਿਰ ਲਿਖੀ ਸੀ ਉਹ ਸੇਵਾ ਹੁੰਦੀ ਰਹੀ ਮੈਨੂੰ ਹੋਰ ਹੋਰ ਮਾਰ ਇਹ ਵੇਖੋ ਉਹ ਕਿੱਧਰ ਫਿਰ ਰੰਗ ਆ ਜੋੜੀ ਕਰਦੇ ਆ ਸੋਹਣੀ ਕਰਦੇ ਆ ਟਾਈਮ ਪਾਸ ਹੋਈ ਜਾਂਦਾ ਮਾਲਕ ਨੇ ਬੜਾ ਸੋਹਣਾ ਕੀਤਾ ਚਾਰ ਬੱਚੇ ਆ ਦੋ ਮੁੰਡੇ ਦੋ ਕੁੜੀਆਂ ਅਤੇ ਸਾਰੇ ਆਪਾਂ ਪਾ ਰੱਖੇ ਅਤੇ ਟਾਈਮ ਮਾੜਾ ਮੋਟਾ ਤੇਰਾ ਪਿੰਡ ਸਰਦੇ ਕਰੀ ਜਾਂਦਾ ਅਸੀਂ ਤਾਂ ਭਲਾ ਮੰਗਣਾ ਮਹਾਰਾਜ ਸਾਡੇ ਵੱਡਿਆਂ ਦਾ ਸਾਡੇ ਬੱਚਿਆਂ ਦਾ ਜਿਹੜੀ ਸਾਡੀ ਪੀੜ੍ਹੀ ਆਉਣ ਵਾਲੀ ਸਾਡੀ ਜਿਹੜੀ ਸਿੱਖ ਕੌਮ ਆ ਉਹਦੀ ਚੜ੍ਹਦੀ ਕਲਾ ਹੋਣੀ ਚਾਹੀਦੀ ਹੈ ਅਤੇ ਚੜ੍ਹਦੀ ਕਲਾ ਮਾਲਕ ਨੇ ਆਪ ਕੀਤੀ ਕਿੰਨਾ ਕੁਛ ਹੋਇਆ ਇੱਕ ਇੱਕ ਤਾਂ ਗੁਪਤ ਗਿਆਨ ਆ ਇਹ ਗੱਲ ਦਾ ਕਿਸੇ ਨੂੰ ਪਤਾ ਜਿਹੜਾ ਸਾਡੀ ਮੈਨੂੰ ਗੁਪਤ ਬੈਠਾ ਮੈਨੂੰ ਤਾਂ ਪਤਾ ਵਾ ਨਾ ਮੈਂ ਆਪੇ ਇਸ ਬਲ ਕਿ ਮੈਨੂੰ ਕੋਈ ਜਿਹਦਾ ਕਰਕੇ ਮੈਂ ਫਰੋਣੇ ਕੋਲ ਵੇਚਦਾ ਅਤੇ ਮੈਨੂੰ ਤਾਂ ਗੁਰੂ ਮੈਨੂੰ ਲੈ ਵੀ ਜਾਂਦੇ ਉਹਨੇ ਕਹਿਣਾ ਗੁਪਤ ਗਿਆਨ ਸੰਤਾਂ ਦਾ ਇਹ ਸੰਤਾਂ ਨਾਲ ਲੱਗੀ ਹੈ ਉਹ ਕਹਿੰਦਾ ਕਾਕਾ ਤੂੰ ਬਹੁਤ ਪਾਠ ਕਰਨਾ ਉਹ ਕਰੀਦਾ ਸਵੇਰੇ ਜਿੰਨਾ ਚਿਰ ਉੱਠੀਦਾ ਜ਼ਮੀਨਦਾਰ ਖੁੱਲਦੀ ਆ ਸਤਨਾਮ ਵਾਹਿਗੁਰੂ ਸਤਨਾਮ ਹੁੰਦਾ ਕਰੀਦਾ ਉਹਦਾ ਇਹ ਮੰਦਰ ਅੰਕਾਰ ਫਿਰ ਅਵਤਾਰ ਦੁਨੀਆ 'ਤੇ ਤੇਰਾ ਨਾਮ ਜਿਹੜਾ ਦੇਣ ਦੇਣੀ ਸੱਚੀ ਮੇਰੀ ਸਾਡੀ ਸੇਵਾ ਕਰੀ ਗਈ ਵੀ ਜਿੰਨੀ ਜਿੰਨੀ ਲਿਖੀ ਉਹਨੀ ਭੋਗ ਜਾਣੀ ਹੈ ਬਿਲਕੁਲ ਇੱਥੇ ਰਹਿਣਾ ਤਾਂ ਰੱਬ ਦਾ ਨਾਂ ਹੀ ਉਹਦਾ ਮਾਲਕ ਦਾ ਵੀ ਜਿੰਨੀ ਜਿੰਨੀ ਲਿਖੀ ਆ ਪਰ ਨਾਂ ਰਹਿ ਜਾਂਦਾ ਵੀ ਹਾਂ ਫਲਾਣਾ ਹੁੰਦਾ ਸੀ ਅਤੇ ਉਹਦਾ ਨਾਂ ਰਹੇ ਹੁਣ ਸੰਤਾਂ ਨੇ ਹੁਣ ਪ੍ਰਤਾਪ ਮੰਡਾਈ ਦਿਖਾਉਣਾ ਦਾ ਇੱਥੇ ਇਹ ਸਿਧਵਾਂ ਦਾ ਸੀ ਉਹ ਵੀ ਹੌਲੀ ਵਿਸਤਾ ਸੀ ਮੇਰੇ ਨਾਲ ਕਿਤੇ ਛੋਟੇ ਪ੍ਰਤਾਪ ਵੀ ਰਹਿ ਦਿੰਦੇ ਕਿਤੇ ਅਤੇ ਉਹ ਪ੍ਰਧਾਨ ਨੂੰ ਗੱਦੀ ਮਿਲ ਗਈ ਅਤੇ ਮੇਰੇ ਨਾਲ ਤੇਜ਼ ਬੜਾ ਸੀ ਜੇ ਮੈਨੂੰ ਕਰਿਆ ਉਹਨੂੰ ਕੀ ਬਣਾਉਣਾ ਸੀ ਮੈਂ ਗੁਪਤ ਗਿਆਨ ਨਿਕਲਿਆ ਮੈਂ ਕਹਿੰਦੀ ਇੰਨਾ ਤੇਜ਼ ਕਰਦੇ ਹੁਣ ਤੁਸੀਂ ਆਪਣੀ ਜਗ੍ਹਾ ਤੇ ਜੋ ਬਣਨਾ ਹੈ ਤੁਸੀਂ ਬਣ ਗਿਆ ਕਿੰਨਾ ਚਿਰ ਹੋ ਗਿਆ ਤੁਹਾਨੂੰ ਛੱਡਿਆ ਨੂੰ ਮੈਨੂੰ ਕੰਮ ਸੇ ਕੰਮ ਇਸ ਗੱਲ ਨੂੰ ਸੁੱਤਾ ਨੂੰ 40 ਸਾਲ ਹੋ ਗਏ ਤੇ 40 ਸਾਲ ਤੋਂ ਹਲੇ ਵੀ ਤੁਸੀਂ ਚੇਤੇ ਕਰਦੇ ਰਹਿੰਦੇ ਸਾਰਾ ਕੁਛ 70 ਦੇ ਕਰੀਬ ਹੋ ਗਏ 30-40 ਸਾਲ ਦੇ ਸੰਤਾਂ ਨੂੰ ਹੋ ਗਿਆ ਵੀ ਮੈਂ ਗੱਡੀ ਬਾਹਰ ਕਰ ਸਹੀ ਹੈ ਸਹੀ ਹੈ ਤੇ ਗਾਂ ਵੇਖੋ ਗਾਂ ਕਿਨੇ ਸਮਝਿਆ ਜਿਹਨੇ ਜਿੰਨੀ ਲਿਖੀ ਆ ਭੁੱਗ ਜਾਣੀ ਆ ਤੇ ਆਪਣਾ ਮਹਾਰਾਜ ਨੂੰ ਮੈਂ ਤਾਂ ਕਹਿੰਦਾ ਸੀ ਵੀ ਮਹਾਰਾਜ ਹੁਣ ਸਾਡੇ 'ਤੇ ਕਿਰਪਾ ਕਰੋ ਜਿੰਨਾ ਚਿਰ ਲਿਖੀ ਆ ਭੋਗ ਦਿੱਤੀ ਪਰ ਮੈਨੂੰ ਫਿਰ ਰੱਬ ਰੱਖੀ ਨਾ ਮੈਂ ਡੁੱਬਦਿਆਂ ਕੜਿਆ ਨਿਕਲੀ ਗੱਲ ਜਾਂ ਕੱਢੀ ਜਾਂਦਾ ਮੈਂ ਗੁਜ਼ਰਦੇ ਲੱਗੇ ਕਮਾਲ ਦੀ ਗੱਲ ਬੜੇ ਚਾਂਸ ਹੋਏ ਆ ਇੱਕ ਨਹੀਂ ਗਈ ਇਹਨੂੰ ਪਤਾ ਆਪ ਨਿਗਾਹ ਜਿਹਾ ਸੀ ਇਹ ਮੇਰੇ ਲੈ ਜਾਣਾ ਸਾਰੇ ਮੈਨੂੰ ਜੁੱਟਾ ਜੀ ਅਤੇ ਮੇਰੇ ਨਾਲ ਇੰਨਾ ਤੇਜ਼ ਕਰਦਾ ਜੀ ਉੱਥੇ ਵੀ ਮੈਨੂੰ ਉੱਥੇ ਖੜਿਆ ਆਪਣੇ ਉੱਥੇ ਵਿਆਹ ਸੀ ਤਾਂ ਉੱਧਰ ਗਏ ਅਤੇ ਉਹਨਾਂ ਵੀ ਹੁਣ ਸਾਡੀਆਂ ਕੁਰਬਾਨੀਆਂ ਮੇਰਾ ਨਾਂ ਅੱਧਾ ਸਿੱਧਾ ਨਾਂ ਜਸਵੀਰ ਸਿੰਘ ਬਾਬਾ ਬਾਟੀ ਬਾਟੀ ਕਹਿੰਦੀ ਬਾਬਾ ਬਾਹਰੋਂ ਬੰਦੇ ਦਾ ਫੋਨ ਆਇਆ ਸੀਗਾ ਕਹਿੰਦਾ ਵੀ ਬਾਪੂ ਨੂੰ ਸਾਈਕਲ ਲੈ ਕੇ ਦੇਣਾ ਗੜੇ ਮੁੰਡੇ ਸਿਰੇ ਜਿਹੜੇ ਵੀਡੀਓ ਪਾਏਗੀ ਤੇ ਬਾਪੂ ਕਹਿੰਦਾ ਲੈਣੀ ਆ ਸਕੂਟਰੀ ਤੇ ਬਾਪੂ ਫਿਰ ਕਿੰਨੇ ਪੈਸੇ ਤੇਰੇ ਕੋਲ ਹੈਗੇ ਹੋਰ ਜੇ ਸਕੂਟਰੀ ਆਪਾਂ ਕਹਿ ਦਈਏ ਪਰ ਸਕੂਟਰੀ ਲਿਆ ਦੂਗਾ ਤੁਹਾਨੂੰ ਤੇ ਫਿਰ ਕਿੰਨੇ ਪੈਸੇ ਹੈਗੇ ਹੋਰ ਨਹੀਂ ਕਿੰਨੇ ਕੁ ਦੀ ਵੇਖ ਲਓ ਜੇ ਉਹ ਜੇ ਉਹ 5000 ਕਾ ਲੂਗਾ ਫਿਰ ਤੁਹਾਡਾ ਸਕੂਟਰੀ ਤਾਂ ਮਹਿੰਗੀ ਹੋਣੀ ਆ ਆਹੋ ਫਿਰ ਕਰ ਲਾਂਗੇ ਫਿਰ ਬਾਪੂ ਦੇ ਹੈ ਜਿੰਨਾ ਨੂੰ ਭੇਜੂਗਾ ਤੇ ਉਹ ਚਲੋ ਠੀਕ ਆ ਬਾਕੀ ਬਾਪੂ ਲਵਾਂਗੇ ਪਤਾ ਕਰ ਜਲਦੀ ਦੇਖੀ ਸਕੂਟਰੀ ਕਦੇ ਉਹਦਾ ਜਲਦੀ ਜਲਦੀ ਇੱਥੇ ਦੇਖ ਲਓ ਇੱਥੇ ਕਿੱਥੇ ਦੇਖੀ ਆ ਇਹ ਪਤਾ ਨਹੀਂ ਇੱਕ ਨਾਈ ਆ ਆਪਣਾ ਇੱਥੇ ਰਾਜਾ ਨਾਈ ਉਹ ਕਹਿੰਦਾ ਸੀ ਮੈਨੂੰ ਜੋ ਕਹਿੰਦਾ ਮੈਂ ਘੋਲੋ ਕਰੀ 10,000 ਦੀ ਦਿੰਦਾ ਉਹਨੇ 50,000 ਦੀ ਆਉਂਦੀ ਤੇ ਉਹ ਹੁਣ ਉਹ ਜੇ ਕੋਈ ਸਕੂਟਰੀ ਪਈ ਉਹ ਆਪ ਕਿਤੇ ਪਤਾ ਨਹੀਂ ਹੋ ਗਿਆ ਇੱਥੇ ਹੀ ਕਮੋ ਹੀ ਆ ਸਹੀ ਆ ਉਹਨੂੰ ਪਤਾ ਕਰੂੰਗਾ ਉਹ 30-40,000 ਦੀ ਚਲੋ ਕਰ ਲਿਓ ਪਤਾ ਫਿਰ ਦੱਸਿਓ ਮੈਨੂੰ ਆਹੋ ਵੇ ਤਾਂ ਪਿੰਡ ਖੇੜਾ ਦੋਨਾਂ ਪਿੰਡ ਆ ਜਾਓ ਜਦੋਂ ਮਰਜ਼ੀ ਮੇਰੇ ਕੋਲ ਮੇਰਾ ਘਰ ਪਤਾ ਹੈ ਨਾ ਮੇਰੇ ਨਾਲ ਡੈਡੀ ਦਾ ਨਾਮ ਤੁਹਾਨੂੰ ਪਤਾ ਹੀ ਆ ਬਾ ਮੇਰਾ ਨਾਂ ਲੈਣ ਦੀ ਲੋੜ ਹੀ ਮੇਰੇ ਡੈਡੀ ਦਾ ਨਾਂ ਲੈ ਕੇ ਆ ਜਾਣਾ ਚਲੋ ਫਿਰ ਆਪਾਂ ਮਿਲਦੇ ਹਾਂ ਪਿੰਡ ਜਦੋਂ ਮਰਜ਼ੀ ਪਤਾ ਕਰਕੇ ਮੈਨੂੰ ਦੱਸੋ ਕਿੰਨੇ ਦੀ ਆ ਤੇ ਤੁਸੀਂ ਅਗਰ ਜੋ ਭੇਜੂਗਾ ਹਾਂ ਉਹ ਵੀ ਹੋ ਜਾਊਗਾ ਤੁਸੀਂ ਦੱਸਿਓ ਮੈਨੂੰ ਕਿੰਨੇ ਦੀ ਸਕੂਟਰੀ ਹੈ ਕੋਈ ਗੱਲ ਫਿਰ ਆਪਾਂ ਕਰ ਲਾਂਗੇ ਜਦੋਂ ਓਕੇ ਮਹਾਰਾਜ ਚੜ੍ਹਦੀ ਕਲਾ ਚਾਹ ਤੁਹਾਨੂੰ ਕਿਹਾ ਸੀ ਚਾਹ ਪੀ ਲੈਂਦੇ ਹਾਂ ਕੋਈ ਨਾ ਚਾਹ ਦਾ ਕੱਫਾ ਲਾਉਂਦੇ ਤੁਹਾਨੂੰ ਤਾਂ ਅਸੀਂ ਸਾਡਾ ਤਾਂ ਹੁਣ ਟਾਈਮ ਨਹੀਂ ਨਾ ਹੀ ਜਾਂਦਾ ਮੈਂ ਨਾਲ ਘੱਟ ਚਾਹ ਪੀਣੀ ਘਰ ਮੈਂ ਪੀਣੀ ਹੈ ਚਾਹ ਘਰ ਮੈਂ ਜਿਹੜੀ 3 ਵਜੇ ਮੈਂ ਰੋਟੀ ਘੱਟ ਕਰੀ ਚਾਹ ਪੀਣੀ ਅਤੇ ਬਾਹਰ ਬਿਲਕੁਲ ਹੀ ਠੀਕ ਆ ਬਾਹਰ ਘੱਟ ਬਾਹਰ ਰੋਟੀ ਬਣੀ ਹੋਈ ਘੱਟ ਹੀ ਖਾਣਾ ਰੋਟੀ ਮੈਂ ਘਰ ਇੱਥੇ ਵੀ ਨਹੀਂ ਘੱਟ
ਠੀਕ ਆ ਖੇੜੇ ਖਾਂਦਾ ਰਿਹਾ ਉਸੇ ਮਤਲਬ ਸਾਹ ਬਹੁਤ ਚੰਗਾ ਸੀ ਤੁਹਾਡੇ।